ਕੀ ਵੇਖੀ ਜਾਂਦੀ ਮੇਰੇ ਵੱਲ, ਆਹ ਦੇਖਾਈ ਜਾਂਦੀ ਆ, ਮੈਨੂੰ ਭੁੱਖ ਲੱਗੀ ਆ, ਨਾਲੇ ਮੈਨੂੰ ਠੰਡ ਲੱਗਣ ਡੀ ਆ, ਬੀਬੀ ਤੇ ਬੇਤਰਾ ਤਾ ਅੱਜ ਓਹਦੀ ਸੱਸ ਨੇ ਕਿੰਨਾ ਕਟਾਇਆ ਸੀ ਆਪਣੀ ਨੂੰਹ ਨੂੰ ਆਪਣੇ ਪੁੱਤ ਕੋਲੋਂ, ਮੇਰੇ ਕਰਕੇ ਉਹਨਾਂ ਨੂੰ ਪਈ ਕੁੱਟ, ਵੀ ਕੁੜੀ ਕੌਣ ਆਈ ਹੈ ਤਾਂ ਕਰਕੇ, ਫਿਰ ਉੱਥੇ ਕੀ ਕਰਨਾ ਸੀ ਰੁੱਕ ਕੇ, ਜੇ ਸਾਡੇ ਕਰਕੇ ਉਹਨੂੰ ਕੁੱਟ ਪੈਣ ਡਈ ਸੀ ਤੇ। ਮੰਮਾ ਮਾਸੜ ਨੇ ਕਿੰਨੀ ਸ਼ਰਾਬ ਪੀਤੀ ਸੀ, ਉਹ ਮਾਸੀ ਨੂੰ ਕਿੰਨੀ ਜ਼ੋਰ ਜ਼ੋਰ ਦੀ ਮਾਰਨ ਡਏ ਸੀਗੇ। ਪੁੱਤ ਕਾਹਦਾ ਮਾਸੜ ਸੀ ਉਹ ਦੱਸ, ਨਾਲੇ ਉਹ ਬਗਾਨਾ ਸੀ ਪੁੱਤ, ਆਪਣੇ ਆਪਣੇ ਹੀ ਹੁੰਦੇ ਆ ਤੇ ਬਗਾਨੇ ਬਗਾਨੇ, ਇੱਥੋਂ ਪਤਾ ਲੱਗਦਾ ਵਾ ਨਾ। ਮੰਮਾ ਮਾਸੀ ਕਹਿਣ ਡਏ ਸੀਗੇ ਕਿ ਮੇਰੇ ਵੀ ਕੁੜੀ ਹੋ ਜਾਂਦੀ, ਚਲੋ ਸ਼ੁਕਰ ਆ ਕਿ ਨਹੀਂ ਹੋਈ, ਕਿਉਂਕਿ ਧੀਆਂ ਦੇ ਕਰਮ ਜਿਹੜੇ ਉਹ ਮਾਂ ਪਿਓ ਨਹੀਂ ਲਿਖ ਸਕਦਾ, ਪਹਿਲਾਂ ਪੜ੍ਹਾ ਲਿਖਾ ਤੇ ਸਕਦਾ ਪਰ ਅੱਗੇ ਨੀ ਨਾ ਵੇਖਦਾ ਵੀ ਕਿੱਦਾਂ ਦੇ ਉਹਨੂੰ ਮਿਲਦਾ ਪਰਿਵਾਰ ਕਿੱਦਾਂ ਦਾ ਨਹੀਂ। ਹੁਣ ਵੇਖਾਂ ਹਾਂ, ਤੂੰ ਤੇ ਮੈਂ ਵੀ ਧੱਕੇ ਖਾਣ ਡੀ ਆ, ਸਿਰਫ ਇੱਕ ਬੰਦੇ ਕਰਕੇ ਹੀ ਨਾ, ਇੱਕ ਬੰਦੇ ਨੇ ਸਾਡੀ ਕਿਸਮਤ ਮਾੜੀ ਲਿਖਤੀ ਤੇ ਉਹ ਵੀ ਕਾਹਤੋਂ ਛਿੱਤਰ ਖਾਣ ਡੀ ਕਿ ਇੱਕ ਬੰਦੇ ਕਰਕੇ, ਉਹਦੀ ਵੀ ਕਿਸਮਤ ਕਾਹਤੋਂ ਮਾੜੀ ਹੋਈ ਇੱਕ ਬੰਦੇ ਕਰਕੇ। ਪੁੱਤ ਬੰਦਾ ਹੀ ਜਿਹੜਾ ਵਾ ਨਾ ਬੁੱਢੀ ਨੂੰ ਰਾਜ ਕਰਵਾਉਂਦਾ ਵਾ ਤੇ ਬੰਦਾ ਹੀ ਜਿਹੜਾ ਵਾ ਉਹ ਬੁੱਢੀ ਨੂੰ ਗਲੀਆਂ ਵਿੱਚ ਕੱਖਾਂ ਵਾਂਗੂ ਰੋਲਦਾ ਵਾ। ਮੰਮਾ ਮੈਨੂੰ ਭੁੱਖ ਲੱਗੀ ਹੈ, ਨਾ ਡਰ ਵੀ ਲੱਗਣ ਡਿਆ, ਕਿੰਨਾ ਹਨੇਰਾ ਹੋ ਗਿਆ ਵਾ। ਡਰਦੀ ਕਿਉਂ ਵਾ ਮੇਰੀ ਧੀ ਦੱਸ, ਆਵੇ ਮੰਮਾ ਤੇਰੇ ਨਾਲ ਵਾ ਨਾ, ਡਰਨਾ ਨਹੀਂ ਆ। ਆਹੋ ਲਾਗੇ ਸਮਰੀਤ ਘਰ ਹੈਗਾ ਵਾ, ਇੱਥੇ ਵੇਖਦੇ ਹਾਂ, ਨਾਲੇ ਪੁੱਛਦੇ ਇਹਨਾਂ ਨੂੰ ਕਿ ਜੇ ਸਾਨੂੰ ਰਾਤ ਇੱਥੇ ਆਪਾਂ ਠਹਿਰ ਜਾਈਏ ਤੇ ਨਾਲੇ ਰੋਟੀ ਵੇਖਦੇ ਹਾਂ ਇਹਨਾਂ ਕੋਲ ਮਿਲ ਜੂ ਤੇ, ਅੱਜ ਪੁੱਛਦੇ ਹਾਂ। ਮੇਰੀ ਧੀ ਇਹਨਾਂ ਨੂੰ ਪੁੱਛਦੇ ਹਾਂ। ਮੈਂ ਦਰਵਾਜ਼ਾ ਖੜਕਾਉਣ ਲੱਗੀ ਸੀ, ਮੈਂ ਤੇ ਉੱਪਰ ਵੇਖਿਆ ਹੀ, ਸਾਡੀ ਤੇ ਖਰੇ ਕਿਸਮਤ ਹੀ ਰੱਬ ਨੇ ਇੱਦਾਂ ਦੀ ਲਿਖਤੀ, ਜਿੱਥੇ ਜਾਈਏ ਉੱਥੇ ਹੀ ਧੱਕੇ, ਉੱਥੇ ਹੀ ਧੱਕੇ। ਹੁਣ ਇੱਥੇ ਆਈ ਸੀ ਮੈਂ, ਚੱਲ ਆਸਰਾ ਭਾਲਦੇ ਹਾਂ ਵੀ ਨਾਲੇ ਇੱਥੇ ਰੋਟੀ ਮਿਲ ਜੂਗੀ, ਇੱਥੇ ਵੀ ਨਹੀਂ ਕੋਈ ਹੈਗਾ। ਹੁਣ ਕੀ ਕਰੀਏ? ਆਓਗੇ ਸਮਰੀਤ, ਉਸ ਆਵੇ ਗੁਰੂ ਘਰ ਗੁਰਦੁਆਰਾ, ਸਾਨੂੰ ਹਰ ਥਾਂ ਧੱਕੇ ਮਿਲ ਸਕਦੇ ਆ, ਪਰ ਜਿਹੜਾ ਗੁਰਦੁਆਰਾ ਆ ਨਾ ਗੁਰੂ ਦਾ ਘਰ, ਇੱਥੋਂ ਨਹੀਂ ਸਾਨੂੰ ਧੱਕੇ ਮਿਲ ਸਕਦੇ। ਚੱਲ ਆ ਜਾ ਨਾਲੇ ਆਪਾਂ ਇੱਥੋਂ ਲੰਗਰ ਚੱਕਦੇ ਹਾਂ ਤੇ ਇੱਥੇ ਨਾਲੇ ਰਾਤ ਕੱਟ ਲੈਂਦੇ ਹਾਂ। ਠੀਕ ਆ, ਠੀਕ ਹੈ।
ਤੇ ਲਾ ਤੇ ਆਇਆ ਮੈਂ, ਬਣਿਆ ਕੁਛ ਨੀ। ਜਿਹੜੀ ਰਹਿੰਦੀ ਹੈ ਇਹ 'ਚ ਥੋੜ੍ਹਾ ਬਹੁਤਾ ਲਾਵਾਂ ਨੇ, ਨੀਂਦ ਤਾਂ ਆਉਣ ਜੋਗਾ ਜਿੰਨਾ ਚਿਰ ਕੰਮ ਨਾ ਹੋਇਆ ਫਿਰ ਪੀਣ ਦਾ ਵੀ ਕੀ ਫਾਇਦਾ। ਅਤੇ ਜੇ ਮੈਂ ਗੱਡੀ 'ਚ ਛੱਡਤੀ ਤਾਂ ਸਵੇਰੇ ਮੁਛਾਲੇ ਨੇ ਪਤਾ ਨਹੀਂ ਗੱਡੀ ਲੈ ਕੇ ਤੁਰ ਪੈਣਾ, ਉਹਨੇ ਵੇਖ ਲੈਣੀ ਵਿੱਚ। ਇੱਕ ਤੈਨੂੰ ਵੀ ਟਿਕਾਣੇ ਪਹਿਲਾਂ ਲਾਉਣਾ ਪੈਣਾ, ਪਹਿਲਾਂ ਤਾਂ ਤੂੰ ਜਾਏਗੀ ਮੇਰੇ ਢਿੱਡ 'ਚ, ਫਿਰ ਮੈਂ ਤੈਨੂੰ ਲਾਊਂ ਕਿਤੇ ਟਿਕਾਣੇ, ਫਿਰ ਬਣੂ ਗੱਲ। ਗੱਡੀ ਤੈਨੂੰ ਮੈਂ ਛੱਡ ਨਹੀਂ ਸਕਦਾ, ਤੇਰਾ ਇੰਨਾ ਬੜਾ ਧੰਨਵਾਦ ਤੂੰ ਇੱਥੋਂ ਤੱਕ ਮੇਰੇ ਨਾਲ ਆ ਗਈ ਹੈ। ਅਤੇ ਚੱਲ ਹਾਂ ਪਹਿਲਾਂ ਥੋੜ੍ਹੀ ਜਿਹੀ ਤਾਂ ਮੇਰੇ ਅੰਦਰ ਚਾਹ ਹਾਂ, ਅਤੇ ਨੀਂਦ ਜੋਗਾ ਮੈਨੂੰ ਕਰ ਦੇ ਚੰਗਾ, ਬੁਲਬਲੇ ਜੇ ਨਾ ਬਹੁਤੇ ਮਾਰ ਅਤੇ ਮੇਰਾ ਕੰਮ ਸਾਰ। ਹੁਣ ਗੱਲ ਬਣੀ ਆ ਕਿ ਅਜੇ ਵੀ ਨਹੀਂ ਬਣੀ, ਫਿਰ ਬਹਾਨਾ ਲਾ ਕੇ ਬਾਹਰ ਆਉਣਾ ਪੈਣਾ। ਇਹ ਸਾਲਾ ਘਰ ਥੋੜ੍ਹੀ ਹੈ, ਇਹ ਜੇਲ੍ਹ ਆ ਜੇਲ੍ਹ, ਜੇਲਰ ਤੋਂ ਪੁੱਛੇ ਬਿਨਾਂ ਬਾਹਰ ਵੀ ਨਹੀਂ ਆ ਸਕਦੇ। ਅਤੇ ਤੈਨੂੰ ਮੈਂ ਘਰ ਖੜ ਨਹੀਂ ਸਕਦਾ, ਇਹਦੇ ਲਈ ਸੌਰੀ ਹੈ, ਤੂੰ ਮੈਨੂੰ ਮਾਫ਼ ਕਰੀ ਹੈ। ਅਤੇ ਤੈਨੂੰ ਮੈਂ ਨਾ ਅੱਜ ਦੀ ਦਿਹਾੜੀ ਬਾਹਰ ਹੀ ਰੱਖਣਾ ਵਾ, ਤੂੰ ਮੇਰਾ ਸਾਥ ਨਹੀਂ ਪੂਰਾ, ਠੀਕ ਆ। ਥੋੜ੍ਹੀ ਜਿਹੀ ਤੂੰ ਮੇਰੇ ਅੰਦਰ ਗਈ ਹੈ ਅਤੇ ਮੈਨੂੰ ਸਕੂਨ ਜਿਹਾ ਬੜਾ, ਤੇਰੇ ਨਾਲ ਪਿਆਰ ਬੜਾ, ਮੈਨੂੰ ਗੁੱਸਾ ਨਹੀਂ ਕਰਨਾ, ਪਿਆਰ ਬੜਾ। ਤੈਨੂੰ ਮੈਂ ਨਿੱਘੇ ਥਾਂ 'ਤੇ ਰੱਖ ਕੇ ਜਾਊਂ ਨਿੱਘੇ, ਅਤੇ ਤੇਰੇ 'ਤੇ ਮੈਂ ਲੋਕਾਂ ਦੇ ਘਰਾਂ 'ਚ ਗਾਰਡ ਨਹੀਂ ਰਹਿੰਦੇ, ਮੈਂ ਤੇਰੇ ਲਈ ਗਾਰਡ ਵੀ ਇੱਕ ਰੱਖਿਆ ਹੀ, ਉਹਨੂੰ ਮੈਂ ਦੱਸ ਕੇ ਜਾਊਂ ਵੀ ਤੇਰੀ ਰਾਖੀ ਪੂਰੀ ਕਰਨੀ ਹੈ, ਠੀਕ ਆ। ਅਤੇ ਤੂੰ ਜੇ ਮੇਰਾ ਸਾਥ ਦੇਗੀ ਮੈਂ ਤੇਰਾ ਸਾਥ ਦਊਂਗਾ, ਤੈਨੂੰ ਪਤਾ ਇੱਥੇ ਮੁਸਾਣਾ ਰਹਿੰਦਾ ਵਾ, ਸਹੀ ਹੈ, ਲੋਕ ਡਰਦੇ ਨਾ, ਕਿਤੇ ਸੁਨੇਡਾ ਰਹਿੰਦਾ, ਕਿਤੇ ਭੂਤ, ਕਿਤੇ ਚੜੇੜ, ਸਾਡੇ ਇੱਥੇ ਰਹਿੰਦਾ ਮੁਛਾਲਾ, ਉਹਦਾ ਬੜਾ ਡਰ ਵਾ, ਸਹੀ ਹੈ। ਅਤੇ ਬਾਕੀ ਤੈਨੂੰ ਮੈਂ ਨਾ ਠੰਡ ਨਹੀਂ ਤੈਨੂੰ ਮੈਂ ਲੱਗਣ ਦਿੰਦਾ, ਤੈਨੂੰ ਮੈਂ ਨਾ ਨਿੱਘੇ ਥਾਂ 'ਤੇ ਰੱਖ ਕੇ ਜਾਂਦਾ ਵਾਂ, ਅਤੇ ਨਾਲੇ ਮੈਂ ਤੇਰੇ ਲਈ ਸਪੈਸ਼ਲ ਇੱਕ ਬੰਦਾ ਛੱਡ ਕੇ ਜਾਊਂਗਾ, ਤੇਰੀ ਰਾਖੀ ਵੀ ਕਰੂ। ਹੋਰ ਹੋਰ ਚੱਲ ਥੋੜ੍ਹੀ ਜਿਹੀ ਪੀ ਲੈਂਦੇ ਹਾਂ, ਹੋਰ ਜਾਣਾ ਅੰਦਰ ਥੋੜ੍ਹੀ, ਚੱਲ ਤੇਰੀ ਇੱਕ ਬੜੀ ਗੱਲ ਮਾੜੀ ਆ, ਤੈਨੂੰ ਮੈਂ ਜਦੋਂ ਪੀਂਦਾ ਨਾ ਮੈਨੂੰ ਝੁੰਝਣੀ ਜੀ ਬੜੀ ਆਉਂਦੀ, ਪਤਾ ਨਹੀਂ ਜੀ ਸੱਚੀ ਗੱਲ ਹੀ। ਚੱਲ ਬਾਕੀ ਗੱਲਾਂ ਬਾਅਦ ਦੀਆਂ, ਅਤੇ ਤੈਨੂੰ ਮੈਂ ਟਿਕਾਣੇ ਲਾਵਾਂ, ਲਾਈਟ ਬੰਦ ਕਰਦਾ ਕਰ, ਚੱਲ ਤੂੰ ਅਜੇ ਵੇਖਣ ਡਈ ਬਾਹਰ ਨੂੰ, ਇਹਨੂੰ ਵੀ ਬੰਦ ਕਰਨਾ ਪੈਣਾ ਜੀ। ਚੱਲ ਪਹਿਲਾਂ ਤੈਨੂੰ ਸਵਾ ਕੇ ਆਉਣਾ, ਫਿਰ ਮੈਂ ਆਪ ਸੌਣਾ, ਚੱਲ ਜਾਗਣ ਨਹੀਂ ਹੈਗੇ ਤੇਰਾ।
ਨਾ ਮੇਰਾ ਬੁੱਢਾ ਮੇਰਾ ਬਣਿਆ ਨਾ ਤੂੰ ਬਣੀ, ਸਾਰੀ ਜ਼ਿੰਦਗੀ ਤੈਨੂੰ ਪੱਠੇ ਪਾ ਖੜੇ ਆ, ਅਜੇ ਵੀ ਡੇਲੇ ਵਿਖਾਉਣੀ ਮੈਨੂੰ। ਲੈਣੀ ਕਿਸੇ ਥਾਂ ਦੀ, ਮੇਰਾ ਟੱਬਰ ਤੇ ਮੇਰਾ ਬਣ ਨਹੀਂ ਡਿਆ, ਤੂੰ ਵੀ ਨਾ ਬਣ, ਸਾਰੀ ਜ਼ਿੰਦਗੀ ਮੇਰੇ ਕੋਲ ਪੱਠੇ ਖਾਧੇ ਆ ਨਾ, ਹੁਣ ਜੇ ਆ ਗਿਆ ਬੂਝੜ ਜਿਹਾ ਤਾਂ ਕੀ ਹੋ ਗਿਆ, ਮੈਂ ਹੀ ਪਾਏ ਆ, ਵਿਹਨੀ ਆ ਤੂੰ ਮੇਰੇ ਨਾਲ ਔਖੀ ਔਖੀ, ਤੇ ਬਹੁਤੀ ਔਖੀ ਹੋਣ ਦੀ ਲੋੜ ਨਹੀਂ ਹੈ ਤੈਨੂੰ ਮੈਂ ਦੱਸਣ, ਮੈਂ ਰੋਬ ਰਾਬੜੀ ਆ ਤੇਰਾ ਝੱਲਣਾ, ਡੇਲੇ ਜੇ ਆਪਣੇ ਅੰਦਰ ਰੱਖ ਤੇ ਸੌ ਜਾ, ਉਹ ਵੀ ਤਾਂ ਦੋ ਹੈਗੀਆਂ ਨਾ ਭਲੀਆਂ ਮਾਨਸ। ਝੋਟੇ ਜੇ ਮੂੰਹ ਸਾਹ ਲੈਂਦਾ ਏ, ਰਜਾਈ ਬੜੀ ਮੋਟੀ ਲਈ ਓਏ, ਰੋਟੀ ਕਿਹੜੀ ਮੋਟੀ, ਰੋਟੀ ਰੋਟੀ ਤੇ ਮਾਰੇ ਆਪ ਨੀ ਖਾਧੀ ਤੈਨੂੰ ਰੋਟੀ ਦੇ, ਮੇਰੀ ਸੁਣ ਗੱਲ, ਮੈਂ ਇੱਥੇ ਆਇਆ ਕੰਮ, ਤੈਨੂੰ ਪਤਾ ਮੈਂ ਇੱਥੇ ਆਉਣਾ ਜਾਣਾ ਘੱਟ ਹੀ ਆ, ਹੁਣ ਆ ਮੇਰਾ ਪਾਣੀ ਸਪੈਸ਼ਲ, ਮੈਨੂੰ ਸ਼ੂਗਰ ਆ, ਇਹ ਪਾਣੀ ਬੜਾ ਕੌੜਾ ਵਾ, ਮੈਨੂੰ ਡਾਕਟਰ ਨੇ ਬਣਾ ਕੇ ਦਿੱਤਾ, ਠੀਕ ਆ, ਉਹ ਮੈਨੂੰ ਆਂਦਾ ਸੀ ਵੀ ਇਹਨੂੰ ਪੀਆ ਕਰਨਾ ਤੂੰ ਸਵੇਰੇ ਸ਼ਾਮ, ਤੂੰ ਵੀ ਠੀਕ ਹੋ ਜਾਏਗਾ, ਮੈਂ ਠੀਕ ਹੋ ਜਾਣਾ ਵਾ, ਮੇਰੀ ਗੱਲ ਸੁਣ, ਤੂੰ ਮੁੱਛਾਂ ਵਾਲੇ ਨੂੰ ਨਹੀਂ ਦੱਸਣਾ, ਚੱਲ ਠੀਕ ਆ, ਨਾ ਬੀਬੀ ਆਪਣੀ ਨੂੰ ਦੱਸੀ, ਬੀਬੀ ਨੇ ਕਿਹਾ ਮੈਨੂੰ ਕੀ ਦੇ, ਰੋਟੀ ਤੈਨੂੰ ਮਿਲ ਜਾਂਦੀ, ਜੇ ਮੈਨੂੰ ਮਿਲ ਗਈ ਤਾਂ ਫਿਰ ਤੈਨੂੰ ਵੀ ਮਿਲ ਜਾਣੀ ਹੈ, ਸਹੀ ਆ, ਅਤੇ ਜੇ ਮੈਨੂੰ ਨਾ ਮਿਲੀ ਫਿਰ ਤੂੰ ਹੀ ਸੌਂਦੀ, ਮੈਂ ਸੁੱਤਾ ਹੀ ਵੀਰ, ਰਜਾਈ ਵੈਸੇ ਵੀ ਤੇਰੀ ਬੜੀ ਮੋਟੀ ਆ, ਤੇ ਨਿੱਘ ਵੀ ਬੜਾ ਲੱਗਾ ਹੋਣਾ ਮੈਨੂੰ ਲੱਗਣ ਡਿਆ, ਮੀਂਹ ਗਿੱਲੀ ਹੋ ਗਈ ਨਾ, ਆ ਰਜਾਈ ਦੂਜੀ, ਇਹ ਤੀ ਇੱਥੇ ਗੁਲਾਬ ਚੜਾ ਲੈਣਾ ਸੀ, ਹੋਰ ਦੂਜਾ ਕੋਈ ਵੀਰ, ਠੰਡ ਲੱਗਣ ਡੀ ਵੀਰ, ਠੰਡ ਲੱਗਣ ਡੀ ਆ, ਰਜਾਈ ਵੀ ਇਹਦੇ ਨਾਲ ਹੀ ਦੂਜੀ ਹੈ ਨੀ ਕੋਈ, ਹੁਣ ਤੈਨੂੰ ਚੱਲ ਮੈਨੂੰ ਠੰਡ ਠੁੰਡ ਦਾ ਤਾਂ ਨਹੀਂ ਪਤਾ, ਮੇਰੀ ਗੱਲ ਚੱਲ ਵੀ ਤੂੰ ਯਾਦ, ਮੈਂ ਸੁਣੀ ਆ, ਮੈਂ ਇੱਥੇ ਪਾਣੀ ਰੱਖ ਕੇ ਚੱਲਾ ਜੀ, ਇਹਨੂੰ ਨਾ ਤੂੰ ਪੀਣਾ ਨਾ ਤੂੰ ਸੋਹਣਾ, ਸੋਹਣਾ ਮਤਲਬ ਸਮਝਣਾ, ਹੱਥ ਨਹੀਂ ਲਾਉਣਾ ਇਹਨੂੰ, ਟੱਚ ਨਹੀਂ ਕਰਨਾ, ਇਹ ਟੱਚ ਦੂਜਾ ਬੰਦਾ ਟੱਚ ਕਰੂ ਇਹ ਖਰਾਬ ਹੋ ਜਾਂਦਾ, ਇੱਦਾਂ ਨਹੀਂ ਕਰਨਾ, ਨਾ ਇਹ ਤੇ ਜਾਦੂ ਮੰਤਰ ਹੋਏ ਹੁੰਦੇ ਆ, ਇਹਨੂੰ ਤੂੰ ਨਹੀਂ ਹੱਥ ਨਹੀਂ ਲਾਉਣਾ, ਅਤੇ ਨਾ ਇਹਨੂੰ ਦੱਸਣਾ ਬਾਪੂ ਨੂੰ ਵੀ ਨਹੀਂ ਦੱਸਣਾ ਵੀ ਇੱਥੇ ਉਹ ਪਾਣੀ ਰੱਖ ਕੇ ਗਿਆ, ਇਹ ਸ਼ੂਗਰ ਆ ਮੈਨੂੰ, ਮੈਨੂੰ ਬਾਬੇ ਨੇ ਪਾਣੀ ਬਣਾ ਕੇ ਦਿੱਤਾ, ਕੌੜਾ ਵੀ ਬੜਾ, ਸ਼ੂਗਰ ਵੀ ਹੁੰਦੀ ਵੀਰ, ਮੈਂ ਵੀ ਭੁੱਖਾ ਵਾਂ, ਇਹ ਤਾਂ ਮੈਨੂੰ ਵੀ ਨਹੀਂ ਹਜੇ ਤੱਕ ਪਤਾ ਲੱਗਾ ਸ਼ੂਗਰ ਹੁੰਦੀ ਕੀ, ਮੈਂ ਲੁਕਾ ਕੇ ਚੱਲਾ ਜੀ, ਤੂੰ ਵੀ ਨਹੀਂ ਹੱਥ ਲਾਉਣਾ, ਕਿਸੇ ਹੋਰ ਨੂੰ ਲਾਉਣ ਨਹੀਂ ਦੇਣਾ, ਤੂੰ ਇਹਦਾ ਰਾਖਾ ਹੀ ਅੱਜ, ਤੇ ਅੱਜ ਮੱਝਾਂ ਭਾਵੇਂ ਸਾਂਭ ਨਾ ਸਾਂਭ, ਇਹਦੀ ਰਾਖੀ ਪੂਰੀ ਕਰਨੀ, ਉਹ ਤਾਂ ਮੂੰਹ ਮਰੀ ਜਾਂਦੀਆਂ, ਰੋਟੀ ਖਾਧੀ ਮੈਨੂੰ ਭੁੱਖਾ ਹੋਇਆ, ਉਹਨਾਂ ਮੂੰਹ ਹੀ ਮਾਰਨਾ ਤੇ ਹੁਣ ਤੈਨੂੰ ਲੱਤ ਮਾਰਨ, ਫਿਰ ਸੌਖਾ ਰਹੇਗਾ ਜੇ ਲੱਤ ਮਾਰੂ ਤੇ, ਆਹ ਤਾਂ ਵਿਆਹੀ ਕਿਸੇ ਦੀ ਨਹੀਂ ਮਰਨੀ, ਇਹ ਤਾਂ ਭਾਵੇਂ ਤੂੰ ਪੱਠੇ ਪਾਲਾ, ਇਹਨੂੰ ਮੈਂ ਪਤਾ ਨਹੀਂ ਕਿੰਨੇ ਸਾਲ ਪਾਏ, ਇੰਨੇ ਨਹੀਂ ਬੰਨਾ ਕਿਸੇ ਦੀ, ਇਹ ਬੜੀ ਕਲੈਣੀ ਆ, ਮਨ ਦੀ ਬੜੀ ਆ।
ਕਿਹੜੀ ਮੰਨਦੀ ਹੋਣੀ ਆ, ਸਾਡੀ ਤਾਂ ਹਜੇ ਤੱਕ ਮੰਨੀ ਨਹੀਂ ਇਹਨੇ, ਮੰਨਣ ਮੰਨਦਾ ਮੈਨੂੰ ਪਤਾ ਨਹੀਂ। ਆਈ ਇੱਥੇ ਮੈਂ ਚੱਲਾਂ ਨਹੀਂ ਘਾ ਕੇ, ਭੁੱਖ ਲੱਗੀ ਆ। ਤੈਨੂੰ ਭੁੱਖ ਲੱਗੀ ਆ ਤੇ ਮੈਨੂੰ ਦੁੱਖ ਲੱਗੀ ਆ, ਸਹੀ ਆ। ਦੁੱਖ ਬੜੀ ਡਾਢੀ ਲੱਗੀ ਆ ਮੈਨੂੰ, ਇਹ ਮੇਰੀ ਦਵਾਈ ਆ ਮੇਰਾ ਵੀਰ। ਤੂੰ ਗਾਰਡ ਬਣ ਕੇ ਰਫਲ ਦੀ ਥਾਂ ਭਾਵੇਂ ਤੰਗਲੀ ਫੜ ਲਾ, ਇੱਥੇ ਡਟ ਕੇ ਪਹਿਰਾ ਦੇਣਾ ਹੀ ਵੀਰ, ਕੋਈ ਗੱਲ ਨਹੀਂ। ਤੇ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਵੀ ਇੱਥੇ ਸੋਨੂ ਦੀ ਦਵਾਈ ਪਈ ਹੈ। ਮੈਂ ਰੋਟੀ ਤੈਨੂੰ ਪਹੁੰਚ ਜੂਗੀ ਭਾਵੇਂ ਸਵੇਰੇ ਪਹੁੰਚੇ। ਧੰਨਵਾਦ। ਕਰਾਂ ਕੌਣ ਆਉਂਦਾ ਮੇਰੀ ਵੀ ਦਵਾਈ ਲੈਣ? ਆਉਂਦਾ ਤਾਂ ਕੋਈ ਵੀ ਨਹੀਂ ਹੈਗਾ, ਮੈਂ ਕਿੱਥੇ ਲਗਾਵਾਂ ਇਹਨੂੰ? ਬਾਪੂ ਵੀ ਰਹਿਣੀ ਆ ਮੈਂ ਪੀ ਲੈਣਾ ਤੇ ਵੀਰੂੰਗਾ, ਮੈਂ ਪੀਲੀ ਆ। ਇਹ ਤਾਂ ਉਹ ਦਵਾਈ ਆ ਜਿਹੜੀ ਭਾਪੇ ਨੇ ਪਿਆਈ, ਇਹ ਤਾਂ ਬੜੀ ਕੌੜੀ ਆ, ਇਹ ਤਾਂ ਉਹਤੋਂ ਵੀ ਕੌੜੀ ਆ। ਨਾ ਮੈਨੂੰ ਰੋਟੀ ਮਿਲੀ ਆ। ਆਹ ਕਿਹੜੇ ਵੇਲੇ ਦਾ ਪੁਰਸ਼ ਕਰਨ ਡਿਆ ਵਾ, ਕਿੱਥੋਂ ਆਇਆ ਅੱਧੀ ਰਾਤ, ਕਿੱਦਾਂ ਆਕੜਿਆ ਤੂੰ? ਤੇਰੇ ਪਾਪਾ ਜੀ ਮੈਨੂੰ ਗੁੱਸੇ ਹੋਣ ਡਏ ਕਦੋਂ ਦੇ, ਆਂਦੇ ਮੁੰਡਾ ਨਹੀਂ ਆਇਆ ਗੱਡੀ ਲੈ ਕੇ ਗਿਆ ਵਾ। ਹਾਂ ਤੂੰ ਇਸ਼ਾਰੇ ਕਰਨ ਡਿਆ ਵਾ, ਲੋਕੀ ਤੇ ਰੋਟੀ ਖਾ ਕੇ ਬੁਰਸ਼ ਕਰਦੇ, ਤੂੰ ਰੋਟੀ ਖਾਣ ਤੋਂ ਪਹਿਲਾਂ ਹੀ ਕਰਨ ਡਿਆ ਵਾ। ਕੀ ਹਾਲੀ ਕਿੱਥੋਂ ਖਾ ਆਇਆ? ਸ਼ਾਬਾਸ਼ ਪੁੱਤ, ਜਿਹੜੀਆਂ ਇੰਨੀਆਂ ਪਕਾ ਪਕਾ ਕੇ ਰੱਖੀਆਂ ਉਹ ਸਵੇਰੇ ਡੰਗਰਾਂ ਨੂੰ ਪਾਵਾਂਗੇ। ਰਿਜਕ ਨੂੰ ਧੱਕੇ ਨਹੀਂ ਦੇਈਦੇ ਹੁੰਦੇ, ਬੜੀ ਮੁਸ਼ਕਲ ਅੰਨ ਮਿਲਦਾ ਵਾ। ਵੇਖ ਕਣਕਾਂ ਬੀਜੀਆਂ ਤੇ ਕਿੱਦਾਂ ਕਿਤੇ ਕਦੋਂ ਪੱਕਣੀਆਂ ਤੇ ਕਦੋਂ ਰੋਟੀ ਬਣਨੀ ਉਹਨਾਂ ਦੀ। ਜਾ ਚੱਲ ਜਾ ਕਰਕੇ ਬੁਰਸ਼ ਅੰਦਰ, ਤੇ ਮੈਂ ਧਾਰ ਕੱਢ ਲਿਆ ਵਾਂ। ਗੂੰਗਿਆਂ ਵਾਂਗੂ ਕੀ ਤੂੰ ਡਿਆ ਤਮਾਸ਼ੇ ਕਰਨ, ਵਕਤ ਪਾਇਆ ਸਾਡੀ ਜਾਨ ਨੂੰ ਅੱਧੀ ਰਾਤ ਇਹਨਾਂ ਨੇ। ਬੁਰਸ਼ ਨਾ ਕਰਾਂ ਤੁਹਾਨੂੰ ਦੱਸਦਾ ਕਿਉਂ ਕਰਨ ਡਿਆ ਬੁਰਸ਼ ਮੈਂ। ਭੁੱਖ ਲੱਗੀ ਆ ਬੀਬੀ, ਕਿੱਥੇ ਆ ਬੀਬੀ? ਰੋਟੀ ਦੇ। ਮਰ ਗਈ ਤੇਰੀ ਬੀਬੀ? ਕੀ ਧਿਆਨ ਪਾਉਣ ਡਿਆ ਬੀਬੀ ਦੇ?
ਮੈਨੂੰ ਭੁੱਖ ਲੱਗੀ ਆ। ਮੁੜਕਦਾ ਏ ਅੱਗੇ ਨੀ ਕਦੀ ਇਹਨੇ ਏਦਾਂ ਕੀਤੀ। ਇਹ ਲੱਛਣ ਮੈਨੂੰ ਅੱਗੇ ਮੈਂ ਵੇਖ ਕੇ ਗਿਆ ਸੀ ਇਹਨੇ ਏਦਾਂ ਹੀ ਕਰਨੀ। ਮੈਨੂੰ ਲੱਗਦੀ ਇਹਨੇ ਪੀਤੀ ਹੀ। ਮੈਂ ਆਹਨਾ ਵੀ ਕੀ ਇਹਨੂੰ ਸੰਗਲ ਲਾਉਣਾ, ਇਹਨੂੰ ਲਾਉਣਾ ਪੈਣਾ ਇਹਨੂੰ। ਇਹਨੂੰ ਉਹ ਭਾਪੇ ਕੋਈ ਖਲਾਊਗਾ, ਖਲੋ ਜਾ ਹੁਣ। ਮੈਂ ਤੇਰਾ ਪ੍ਰਬੰਧ ਕਰਕੇ ਆਇਆ ਵਾਂ, ਮੈਂ ਤੇਰਾ ਪ੍ਰਬੰਧ ਪਹਿਲਾਂ ਹੀ ਕੀਤਾ। ਮੈਨੂੰ ਤੇਰੇ ਲੱਛਣਾਂ ਦਾ ਪਤਾ ਲੱਗਦਾ ਸੀ। ਤੈਨੂੰ ਵਿਖਾਲਦਾ, ਤੈਨੂੰ ਫਿਲਮਾਂ। ਮੈਂ ਤਾਂ ਤੇਰਾ ਪ੍ਰਬੰਧ ਪਹਿਲਾਂ ਹੀ ਕਰਕੇ ਰੱਖਿਆ, ਮੈਨੂੰ ਪਤਾ ਸੀ ਤੇਰੇ ਲੱਛਣਾਂ ਦਾ। ਬਾਬਾ ਕੀ ਕਹਿਣ ਲੱਗਾ ਜਦੋਂ ਮਾਰਨਾ ਉਹਨੂੰ ਮਾਰਦੀ ਨੀ ਗੀ। ਇਹਦਾ ਸਿਆਪਾ ਕਰ ਭੁੱਖ ਲੱਗੀ ਆ। ਇਹਨੇ ਲੈਟਰਿੰਗ ਲੂਟਰਿੰਗ ਕਰ ਲਈ ਹੈ ਨਾ, ਕਰ ਲਈ ਹੈ ਨਾ। ਪਿਸ਼ਾਬ ਆਊਗਾ ਤਾਂ ਇੱਥੇ ਉੱਤਰ ਕੇ ਇੱਥੇ ਕਰ ਲਈ। ਤੂੰ ਏਦਾਂ ਨੀ ਰੁੱਖ ਹੋਣਾ ਤੂੰ। ਮੈਂ ਆਹਨਾ ਵੀ ਚੱਲ ਕੀ ਮਾਰਨਾ, ਕੀ ਮਾਰਨਾ। ਤੁਸੀਂ ਭੂਏ ਚੜਾਇਆ ਪਹਿਲਾਂ ਜ਼ਿਆਦਾ। ਲੈ ਭੱਜ ਭਲਾ ਕਿੱਧਰੋਂ ਭੱਜਦਾ ਤੂੰ। ਬਾਬਾ ਮੇਰਾ ਕਸੂਰ ਕੀ ਆ? ਕਸੂਰ? ਤੂੰ ਤਾਂ ਡਾਰੂ ਹੋ ਗਿਆ ਡਾਰੂ। ਤੂੰ ਤਾਂ ਲੋਕਾਂ ਦੇ ਹੱਥੀ ਚੜਦਾ ਤੇ ਮੁੜ ਕੇ ਸਾਡੇ ਸਿਰ ਨੂੰ ਪੈਂਦਾ। ਖੋਲ ਦੂੰਗਾ ਸਵੇਰੇ, ਪਿਸ਼ਾਬ ਆਊਗਾ ਨਾ। ਉਹ ਪਿਸ਼ਾਬ ਆਊਗਾ ਇੱਥੇ ਉੱਤਰ ਕੇ ਕਰ ਲਈ ਕਹਿੰਦਾ। ਗੱਲਾਂ ਮਾਰਦਾ ਚੱਲ ਆ ਜਾ ਉਧਰ, ਤੂੰ ਇੱਧਰ ਆ ਜਾ, ਆ ਜਾ ਇਹਦੇ ਲਾਗੋ। ਆ ਬਾਹਰੋਂ ਜਿੰਦਾ ਮਾਰਦੇ ਇਹਨੂੰ, ਪਖੰਡ ਫੜਿਆ ਇਹਨੇ। ਮੈਂ ਇਹਦੇ ਮੂੰਹਾਂ ਨੂੰ ਵੇਖੀ ਜਾਂਦਾ ਵੀ ਕਰਦਾ ਕੀ ਆ ਇਹ। ਦੌੜਦਾ ਰਿਹਾ ਉੱਠ ਕੇ ਪਾਣੀ ਦੌੜਦਾ। ਗੰਦਾ ਪਾਣੀ ਪੀਂਦਾ ਹੈ ਤੂੰ।
ਚੰਗਾ ਰਿਹਾ ਵਾ ਅੱਜ ਚੰਗਾ ਰਿਹਾ ਵਾ ਹੁਣ ਪੱਤ ਕਰਦਾ ਵਾ ਇੰਨੀ ਹੁਣ ਚੰਗਾ ਰਿਹਾ ਵਾ ਨਾਲੇ ਮੈਨੂੰ ਛਿੱਤਰ ਪਵਾਉਂਦਾ ਰਿਹਾ ਗਾਣਾ ਫਰਾਉਂਦਾ ਰਿਹਾ ਵਾ ਕਈ ਕੁਛ ਕਰਾਉਂਦਾ ਰਿਹਾ ਤੂੰ ਤੇਰਾ ਸੁਸਾ ਮਾਇਆ ਤੇਰਾ ਸੁਸਾ ਮੇਰਾ ਕਸੂਰ ਕਾਹਦਾ ਵਾ ਮਾਇਆ ਤੂੰ ਗੀਤਾ ਕੋ ਸਭ ਕੁਝ ਮੈਂ ਕਿੱਦਾਂ ਕਰ ਦਿੱਤਾ ਵਾ ਮੈਂ ਹੀ ਤੇ ਡਰਦੀ ਉਹਦੇ ਨਾਲ ਆਪ ਨਹੀਂ ਗੱਲ ਕਰਦੇ ਅਸੀਂ ਉਹਨੂੰ ਕੀ ਕਹਿਤਾ ਵਾ ਤੇਰਾ ਰੋ ਆਪਣੇ ਲੇਖਾਂ ਨੂੰ ਉਹ ਤੂੰ ਇੱਥੇ ਬੈਠੀ ਖਲੋਤੀ ਲੈਕਚਰ ਦੇਣ ਦੀ ਕਾਹ ਤੁਰ ਉਹਨਾਂ ਦੇ ਹੀ ਸਲਾਈ ਕਿੱਦਾਂ ਪੈਣ ਡਈ ਆ ਮਾਰੇ ਜਿੰਦਾ ਬੁਗਾ ਇੱਥੇ ਲੈਕਚਰ ਤਾਂ ਸ਼ੋ ਕੇ ਬੈਜੀ ਹੁਣ ਇਹਦੇ ਨਾਲ Thank you.